ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ Exams Study With Job Alert ਤੇ ਤਾਂ ਇਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਅਗਲੇ ਹਫਤੇ ਜਿਹੜੀਆਂ ਲਗਾਤਾਰ 5 ਛੁੱਟੀਆਂ ਜਿਹੜੀਆਂ ਰਹਿਣ ਜਾ ਰਹੀਆਂ ਨੇ ਜਿਸ ਕਰਕੇ ਸਕੂਲ ਕਾਲਜ ਦਫ਼ਤਰ ਜਿਹੜੇ ਬੰਦ ਰਹਿਣਗੇ ਤਾਂ ਸਾਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਅਕਤੂਬਰ ਮਹੀਨਾ ਦਾ ਸ਼ੁਰੂ ਹੋ ਚੁੱਕਿਆ ਤਾਂ ਇਹਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਬਹੁਤ سارے ਵਰਤ ਆਉਣਗੇ ਤਿਹਾੜ ਆਉਣਗੇ ਤੇ ਵਿਸ਼ੇਸ਼ ਦਿਨਾਂ ਦੀ ਜਿਹੜੀਆਂ ਛੁੱਟੀਆਂ ਇਹਦੇ ਵਿੱਚ ਹੁੰਦੀਆਂ ਨੇ ਇਸ ਕਰਕੇ ਇਹਨੂੰ ਛੁੱਟੀਆਂ ਦਾ ਮਹੀਨਾ ਜਿਹੜਾ ਕਿਹਾ ਜਾਂਦਾ ਹੈ ਅਕਤੂਬਰ ਦੇ ਪਹਿਲੇ ਹਫਤੇ 3 ਦਿਨ ਦੀ ਛੁੱਟੀ ਹੈ ਜਿਹੜੀ ਉਹ ਰਹਿ ਚੁੱਕੀ ਹੈ ਦੂਜੇ ਹਫਤੇ ਵੀ ਲਗਾਤਾਰ ਕਈ ਦਿਨ ਜਿਹੜੀ ਸਰਕਾਰੀ ਛੁੱਟੀ ਹੁੰਦੀ ਹੈ ਅਗਰ ਤੁਸੀਂ ਕਿਤੇ ਬਾਹਰ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਜਾਂ ਘੁੰਮਣ ਫਿਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਇਹ ਅਪਡੇਟ ਜ਼ਰੂਰੀ ਹੈ 10 ਤੋਂ 14 ਦੇ ਵਿਚਕਾਰ ਇਹ ਛੁੱਟੀਆਂ ਜਿਹੜੀਆਂ ਆ ਰਹੀਆਂ ਨੇ ਜਿਸ ਕਾਰਨ ਸਕੂਲ ਕਾਲਜ ਦਫ਼ਤਰ ਬੈਂਕ ਆ ਜਿਹੜੇ ਲਗਾਤਾਰ 5 ਦਿਨ ਬੰਦ ਰਹਿਣਗੇ ਅਕਤੂਬਰ ਦੇ ਦੂਜੇ ਹਫਤੇ 5 ਦਿਨ ਛੁੱਟੀ ਜਿਹੜੀ ਰਹੇਗੀ ਤੁਸੀਂ ਕਿਸ ਕਿਸ ਕਾਰਨ ਇਹ ਛੁੱਟੀ ਹੋਏਗੀ 10 ਅਕਤੂਬਰ ਨੂੰ ਛੁੱਟੀ ਹੁੰਦੀ ਹੈ ਜਾਂ ਨਹੀਂ ਤਾਂ ਮਹਾ ਸપ્તਮੀ ਦੇ ਮੌਕੇ 10 ਅਕਤੂਬਰ ਵੀਰਵਾਰ ਨੂੰ ਛੁੱਟੀ ਹੈ ਜਿਹੜੀ ਰਹੇਗੀ ਇਸ ਮੌਕੇ ਦੇਸ਼ ਦੇ ਕੁਝ ਰਾਜਾਂ ਦੇ ਵਿੱਚ ਸਕੂਲ ਕਾਲਜ ਦਫ਼ਤਰ ਜਿਹੜੇ ਬੰਦ ਰਹਿਣਗੇ ਕੁਝ ਕੰਪਨੀਆਂ ਵਿੱਚ ਵੀ ਮਹਾ ਸપ્તਮੀ ਵਾਲੇ ਦਿਨ ਹੈ ਜਿਹੜੀ ਛੁੱਟੀ ਹੁੰਦੀ ਹੈ ਤਾਂ ਸ਼ੁੱਕਰਵਾਰ 11 ਅਕਤੂਬਰ ਨੂੰ ਅਸ਼ਟਮੀ ਅਤੇ ਨਾਮੀ ਦੇ ਕਾਰਨ ਦੇਸ਼ ਭਰ ਦੇ ਵਿੱਚ ਜਨਤਕ ਛੁੱਟੀ ਹੈ ਦੁਰਗਾ ਪੂਜਾ ਤੇ ਦੁਸ਼ਹਿਰੇ ਦੇ ਮੌਕੇ ਤੇ 12 ਅਕਤੂਬਰ ਦਿਨ ਸ਼ਨੀਵਾਰ ਨੂੰ ਸਕੂਲ ਕਾਲਜ ਦਫ਼ਤਰੜੇ ਬੰਦ ਰਹਿਣਗੇ 13 ਅਕਤੂਬਰ ਦਿਨ ਐਤਵਾਰ ਨੂੰ ਹਰਤਾਵਰੀ ਛੁੱਟੀ ਹੁੰਦੀ ਹੈ ਸੋ 14 ਅਕਤੂਬਰ ਨੂੰ 10 11 12 13 ਤੇ 14 ਅਕਤੂਬਰ ਨੂੰ ਛੁੱਟੀ ਹੋਵੇਗੀ ਪਰ 14 ਅਕਤੂਬਰ ਨੂੰ ਜਿਹੜਾ ਗੰਗਾ ਟੋਕ ਸਿੱਕਮ ਵਿੱਚ ਦੁਰਗਾ ਪੂਜਾ ਜਾਂ ਦਸਵੀਂ ਕਾਰਨ ਸਕੂਲਾਂ ਕਾਲਜਾਂ ਦਫ਼ਤਰਾਂ ਦੇ ਵਿੱਚ ਛੁੱਟੀ ਹੈ ਜਿਹੜੀ ਰਹੇਗੀ ਇਸ ਤੋਂ ਬਾਅਦ 2 ਦਿਨ ਬਾਅਦ ਫਿਰ 17 ਤੇ 20 ਅਕਤੂਬਰ ਦੀ ਜਿਹੜੀ ਛੁੱਟੀ ਰਹੇਗੀ 14 ਅਕਤੂਬਰ ਤੋਂ ਬਾਅਦ 17 ਅਕਤੂਬਰ ਦਿਨ ਵੀਰਵਾਰ ਨੂੰ ਕੱਟੀ ਵੀ ਹੋਊ ਤੇ ਵਾਲਮੀਕੀ ਜੈੰਤੀ ਕਾਰਨ ਜਿਹੜੀ ਛੁੱਟੀ ਹੋਵੇਗੀ 20 ਅਕਤੂਬਰ ਨੂੰ ਐਤਵਾਰ ਆ ਜਾਂਦਾ ਹਫਤਾਵਾਰੀ ਛੁੱਟੀ ਹੈ ਜਿਹੜੀ ਰਹੇਗੀ ਇਸ ਤੋਂ ਬਾਅਦ ਦੀਵਾਲੀ ਦਾ ਤਿਉਹਾਰ ਜਿਹੜਾ ਆ ਜਾਂਦਾ ਹੈ ਤਾਂ 29 ਅਤੇ 30 ਅਕਤੂਬਰ ਨੂੰ ਛੁੱਟੀ ਰਹੇਗੀ ਦੀਵਾਲੀ ਅਤੇ ਚਤੁਰਦਸ਼ੀ ਕਾਰਨ 31 ਅਕਤੂਬਰ ਵੀਰਵਾਰ ਨੂੰ ਦੇਸ਼ ਭਰ ਦੇ ਵਿੱਚ ਛੁੱਟੀ ਹੈ ਜਿਹੜੀ ਰਹਿਣ ਵਾਲੀ ਹੈ ਸੋ ਕਈ ਸਟੇਟ ਹੈਗੀਆਂ ਨੇ ਜਿਹਦੇ ਵਿੱਚ ਕਈ ਤਿਹਾਰਾਂ ਤੇ ਛੁੱਟੀ ਨਹੀਂ ਹੁੰਦੀ ਕਈਆਂ ਤੇ ਹੁੰਦੀ ਹੈ ਤਾਂ ਇਹ ਸਟੇਟ ਦੀਆਂ ਸਰਕਾਰਾਂ ਤੇ ਨਿਰਭਰ ਕਰਦਾ ਸੋ ਜਿਹੜੀ ਸਟੇਟ ਦੇ ਵਿੱਚ ਇਹ ਛੁੱਟੀ ਜਿਹੜੀ ਹੋ ਜਾਂਦੀ ਹੈ ਤਾਂ ਲਗਾਤਾਰ ਪੰਜ ਛੁੱਟੀਆਂ ਬਣਦੀਆਂ ਨੇ ਪਰ ਜਿਸ ਵੀ ਸਟੇਟ ਦੇ ਵਿੱਚ ਕਈ ਵਾਰ ਇਦਾਂ ਤਿਆਰ ਹੁੰਦੇ ਜਿੱਤੇ ਛੁੱਟੀ ਨਹੀਂ ਕੀਤੀ ਜਾਂਦੀ ਤਾਂ ਉਹਦੇ ਵਿੱਚ ਤੁਹਾਨੂੰ ਆਪਣੇ ਕੋਲੋਂ ਇੱਕ ਛੁੱਟੀ ਜਿਹੜੀ ਲੈਣੀ ਪਊਗੀ ਤਾਂ ਜੋ ਤੁਹਾਡੇ ਇੱਕ ਛੁੱਟੀਆਂ ਦੀ ਲੜੀ ਬਣ ਸਕੇ ਕਿ ਜੋ ਵੀ ਤੁਹਾਡੇ ਕੰਮਕਾਰ ਨੇ ਜਾਂ ਫਿਰ ਘੁੰਮਣ ਫਿਰਨ ਦਾ ਪ੍ਰੋਗਰਾਮ ਹੈ ਉਹ ਬਣ ਸਕੇ ਬਾਕੀ ਆਪਣੇ ਵਿਚਾਰ ਕਮੈਂਟ ਕਰ ਸਕਦੇ ਹੋ ਜਾਣਕਾਰੀ ਨੂੰ ਅੱਗੇ ਸ਼ੇਅਰ ਕਰਦੇ ਹੋ ਰੋਜ਼ਾਨਾ ਇਸੇ ਤਰ੍ਹਾਂ ਅਪਡੇਟਸ ਮਿਲਦੀਆਂ ਰਹਿਣ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਜੋ ਘੰਟੀ ਹੈ ਆਲ ਤੇ ਪ੍ਰੈਸ ਕਰਨਾ ਨਾ ਭੁੱਲਣਾ ਧੰਨਵਾਦ